ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਦੀਪ ਸਿੰਘ ਪੰਧੇਰ ਮਿਸ਼ਨ ਪੰਜਾਬ ਕਲਚਰ ਕਲੱਬ ਤੋਂ। ਇਹ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਲ ਦੇ ਵਿੱਚ ਪਹਿਲਾਂ ਵਿਸਾਖੀ ਫੰਡ ਰੇਜ਼ ਕਰਦੇ ਸੀ, ਇਹ ਸਾਡਾ ਹੁਣ ਤੀਜਾ ਸ਼ੋਅ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਆਪਾਂ ਬੈਲ ਸੈਂਟਰ ਦੇ ਵਿੱਚ ਸ਼ੋਅ ਕੀਤਾ ਸੀ ਪਵਿੱਤਰ ਰਸੋਈ ਦਾ, ਜੋ ਕਿ ਬਹੁਤ ਹੀ ਸਫਲ ਰਿਹਾ ਸੀ। ਇਸ ਕਰਕੇ ਹੁਣ ਸਾਨੂੰ ਦੂਸਰਾ ਸ਼ੋਅ ਮਿਸ਼ਨ ਦੇ ਵਿੱਚ ਰੱਖਣਾ ਪਿਆ ਜੀ। ਥੈਂਕ ਯੂ ਸਾਰੇ ਸਪੋਂਸਰ ਦਾ ਜੋ ਕਿ ਸਾਡੀ ਹੈਲਪ ਕਰਦੇ ਆ, ਕਿਉਂਕਿ ਇਹੋ ਜਿਹੇ ਈਵੈਂਟ ਉਹਨਾਂ ਦੇ ਲਾਈਕ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੇ। ਬਾਕੀ ਧੰਨਵਾਦ ਕਰਦੇ ਹਾਂ ਸਾਰੇ ਆਡੀਅੰਸ ਦਾ, ਜੋ ਕਿ ਹੁੰਮ ਹੁਮਾ ਕੇ ਪਹੁੰਚੀ ਆ, ਸਾਰੇ ਫੈਮਿਲੀ ਸਮੇਤ ਆਇਓ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈਗਾ ਜੈ ਗਿੱਲ, ਸਿਟੀ ਕਾਉਂਸਲ ਸਿਟੀ ਆਫ ਮਿਸ਼ਨ ਦੂ। ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਪਵਿੱਤਰ ਰਸੋਈ ਦਾ ਸ਼ੋਅ ਆ ਇੱਥੇ ਕਲੌਕ ਥੀਏਟਰ ਦੇ ਵਿੱਚ। ਸਾਰਿਆਂ ਨੂੰ ਦਿਲੋਂ ਥੈਂਕ ਯੂ ਜਿਹੜੇ ਪਹੁੰਚੇ ਆ, ਵਧੀਆ ਲੱਗਦਾ ਵਾ ਇਕੱਠੇ ਹੋਣੇ ਰਹਿੰਦੇ ਹਾਂ ਆਪਾਂ, ਪਿਆਰ ਜੁੜਦਾ ਰਹਿੰਦਾ ਵਾ। ਸੋ ਇਹ ਜੇ ਆਪਾਂ ਹੋਪਫੁਲੀ ਹੋਰ ਸ਼ੋਅ ਕਰੀਏ ਮਿਸ਼ਨ ਦੇ ਵਿੱਚ, ਆਪਾਂ ਨੂੰ ਦੂਰ ਨਹੀਂ ਜਾਣਾ ਪੈਂਦਾ। ਮਿਸ਼ਨ ਸਿਟੀ ਪੀਜ਼ਾ ਨੇ ਆਪਣੇ ਮੇਨ ਸਪੋਂਸਰ ਆ, ਉਹਨਾਂ ਨੂੰ ਪੂਰਾ ਥੈਂਕ ਯੂ, ਅਤੇ ਜਿਹੜੇ ਸਾਡੇ ਕੋ ਸਪੋਂਸਰਸ ਆ ਜਿਹੜੇ ਗੋਲਡ ਲੀਫ ਵਾਲੇ ਆ, ਉਹਨਾਂ ਨੂੰ ਵੀ ਪੂਰਾ ਥੈਂਕ ਯੂ, ਅਤੇ ਜਿਹੜਾ ਪੰਜਾਬ ਮਿਸ਼ਨ ਪੰਜਾਬ ਕਲਚਰ ਕਲੱਬ ਆ, ਉਹਨਾਂ ਨੂੰ ਵੀ ਦਿਲੋਂ ਥੈਂਕ ਯੂ, ਜਿਨ੍ਹਾਂ ਨੇ ਸਾਰਿਆਂ ਨੂੰ ਇਹ ਔਰਗਨਾਈਜ਼ ਕੀਤਾ, ਇਕੱਠੇ ਕੀਤਾ ਸਾਰਿਆਂ ਨੂੰ, ਟਿਕਟਾਂ ਵੇਚੀਆਂ। ਸੋ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਿਸ਼ਨ ਪੰਜਾਬ ਕਲਚਰ ਕਲੱਬ ਬੰਨਿਓ ਅਸੀਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਸਵਾਗਤ ਕਰਦੇ ਹਾਂ। ਪਵਿੱਤਰ ਰਸੋਈ ਦਾ ਸ਼ੋਅ ਹੈ ਜਿਹੜਾ ਬਹੁਤ ਹੀ ਭਰਮ ਹੰਗਾਰਾ ਮਿਲ ਰਿਹਾ, ਅਤੇ ਹੋਪ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਲਵਿੰਦਰ ਸਿੰਘ ਕਲੇਰ, ਮਿਸ਼ਨ ਪੰਜਾਬ ਕਲਚਰ ਕਲੱਬ ਤੋਂ। ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰਸ ਦਾ, ਅਤੇ ਬਾਕੀ ਆਪਾਂ ਨੇ ਜਿਹੜਾ ਪਹਿਲਾ ਸ਼ੋਅ ਕਰਾਇਆ ਸੀਗਾ ਪਵਿੱਤਰ ਰਸੋਈ ਦਾ ਸਰੀ ਦੇ ਵਿੱਚ, ਬਹੁਤ ਜ਼ਿਆਦਾ ਭਰ ਗਿਆ ਸੀਗਾ, ਅਤੇ ਉਹਦੀ ਪਰਯੋਰ ਮੰਗ 'ਤੇ ਅੱਜ ਮਿਸ਼ਨ ਦੇ ਵਿੱਚ ਕਲਾਰਕ ਥੀਏਟਰ 'ਚ ਪਵਿੱਤਰ ਰਸੋਈ ਦਾ ਸ਼ੋਅ ਹੋਣ ਜਾ ਰਿਹਾ। ਅਤੇ ਖਾਸ ਕਰਕੇ ਮਿਸ਼ਨ ਸਿਟੀ ਪੀਜ਼ਾ ਨੇ ਇੰਨਾ ਸਹਿਯੋਗ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀ ਬੜਾ ਸੋਹਣਾ ਪ੍ਰੋਗਰਾਮ ਕਰਦੇ ਆ ਮੁੰਡੇ ਉਪਰਾਲਾ, ਇਹ ਕਲੱਬ ਵਾਲੇ ਮੁੰਡੇ ਅਤੇ ਮਿਸ਼ਨ ਸਿਟੀ ਪੀਜ਼ਾ ਵਾਲੇ ਬੰਨੇ ਰਲ ਕੇ ਕਰਾਇਆ ਗਿਆ ਪ੍ਰੋਗਰਾਮ। ਇਹ ਸਾਡੇ ਟਾਊਨ ਨੂੰ ਬਹੁਤ ਮੁੰਡੇ ਖੁਸ਼ੀਆਂ ਦਿੰਦੇ ਆ, ਸਦਾ ਕਰਦੇ ਹੀ ਰਹਿੰਦੇ ਆ ਕੁਛ ਨਾ ਕੁਛ, ਕਦੇ ਵਿਸਾਖੀ ਦਾ ਪ੍ਰੋਗਰਾਮ ਕਰਤਾ, ਕਦੇ ਕੋਈ ਕਰਤਾ, ਇਹ ਬੜਾ ਉਪਰਾਲਾ ਕਰਦੇ ਆ। ਅਸੀਂ ਸਾਰੇ ਇਹਨਾਂ ਦੇ ਨਾਲ ਸਹਿਮਤ ਹਾਂ, ਬਹੁਤ ਵਧੀਆ ਕੰਮ ਕਰ।
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਇੱਥੇ ਮਿਸ਼ਨ ਦੇ ਵਿੱਚ ਪਵਿੱਤਰ ਰਸੋਈ ਦਾ ਸ਼ੋਅ ਸੀ, ਬਹੁਤ ਹਾਲ ਭਰਿਆ। ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ, ਅਤੇ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਹਾਂ ਮਿਸ਼ਨ ਸਿਟੀ ਪੀਜ਼ਾ ਤੋਂ ਪਰਮ ਗਿੱਲ ਦਾ, ਜਿਨ੍ਹਾਂ ਜਿਹੜੇ ਕਿ ਹਮੇਸ਼ਾ ਹੀ ਸਾਡੇ ਨਾਲ ਖੜ੍ਹਦੇ ਆ ਅਤੇ ਹਰੇਕ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਅਤੇ ਸਾਨੂੰ ਇਹਨਾਂ ਦਾ ਬਹੁਤ ਸਾਥ ਸ਼ੁਰੂ ਤੋਂ ਰਿਹਾ, ਅਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਾਨੂੰ ਇਹ ਸਹਿਯੋਗ ਦਿੰਦੇ ਰਹਿਣਗੇ। ਕਿੱਦਾਂ ਲੱਗਿਆ ਭਾਅ ਜੀ? ਬਹੁਤ ਵਧੀਆ ਰੌਣਕਾਂ ਬੰਨੀਆਂ ਪਵਿੱਤਰ ਬਾਈ ਨੇ, ਪਹਿਲੀ ਵਾਰੀ ਸੁਣਨ ਆਏ ਹਾਂ, ਸੋ ਸਾਰੇ ਜਾਣੇ ਮੇਰੇ ਫਰੈਂਡਸ ਆਏ ਨੇ ਨਾਲ, 4-5 ਸੇ, ਸਾਰੇ ਜਾਣੇ ਨੇ ਬਹੁਤ ਇੰਜੋਏ ਕੀਤਾ, ਅਤੇ ਸਾਰਿਆਂ ਨੂੰ ਰਿਕਮੈਂਡਡ ਆ ਜਿੰਨੇ ਵੀ ਅੱਗੇ ਸ਼ੋਅ ਨੇ ਪਲੀਜ਼ ਜਾਓ ਸਾਰੇ ਜਾਣੇ, ਅਤੇ ਪੂਰਾ ਇੰਜੋਏ ਕਰੋ। ਪਵਿੱਤਰ ਦਾ ਦੋ ਕਾਫੀ ਗਾਣੇ ਨੇ, ਵੈਸੇ ਕੋਲਟ ਮੇਰਾ ਪਰਸਨਲ ਫੇਵਰੇਟ ਆ, ਜਿਹੜਾ ਸਭ ਤੋਂ ਜ਼ਿਆਦਾ ਸੁਣਿਆ ਸੀ। ਜੇ ਨਾ ਹੋਈਆਂ ਸਹਿਕਾਰਨ ਸਾਡੇ ਰਾਜ ਨੂੰ ਸਾਂਭਦੀਆਂ, ਆ ਸਾਡੇ ਗੋਰੇ ਪੌਂਦੇ ਪੱਠੇ ਦੇ ਨੇ ਮਾਂ ਭਾਂਡੇ ਮੰਨਦੇ। ਉਹ ਦੇ ਨਲੂਆ ਦਾ ਮਰਦਾ ਕੰਮ ਸੀ ਆਇਆ ਕੰਢੇ ਤੇ, ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ, ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਢ ਗੁਆਂਢ ਦੀਆਂ, ਉਹ ਸਾਡੇ ਗੋਰੇ ਪੌਂਦੇ ਪੱਠੇ ਦੇ ਮੇਮਾ ਬਿਲਕੁਲੀਆਂ ਚੱਲਦੇ ਰਹੇ ਸ਼ੇਰੇ ਪੰਜਾਬ ਦੀਆਂ। ਜਿੰਨਾ ਵਰਗਾ ਬਣਨਾ ਚਾਹੁੰਦਾ ਪੁਰਾਵੇ ਆਪਣੀ ਆਉਤ ਗੋਰਿਆ ਸਾਡਾ ਰੋਟੀ ਦਿੰਦਾ ਨਹੀਂ, ਆਏ ਜਿਹੜਾ ਲਿਖਣਾ ਸਿੱਖਿਆ ਹੱਥ ਨਾਲ ਪੁੜਾਵੇ, ਵੇ ਜਿਹੜਾ ਲਿਖਣਾ ਸਿੱਖਿਆ ਹੱਥੀ ਪੁੜਾ। ਹਾਂਜੀ ਵੀਰੇ, ਅੱਜ ਤਾਂ ਆਪਣਾ ਮਿਸ਼ਨ ਸ਼ੋਅ ਬਹੁਤ ਵਧੀਆ ਰਿਹਾ, ਕਿਉਂਕਿ ਆਪਣਾ ਇਹ ਸ਼ੋਅ ਮਿਸ਼ਨ ਦੇ ਵਿੱਚ ਫੁੱਲ ਸੋਲਡ ਆਊਟ ਰਿਹਾ, ਪੂਰਾ ਵਧੀਆ ਇੰਜੋਇਮੈਂਟ ਰਿਹਾ, ਕਿ ਵੀਰੇ ਜਿਹਦੇ ਵਿੱਚ ਵੀਰੇ ਸਾਰਿਆਂ ਨੇ ਫੰਕਸ਼ਨ ਕੀਤਾ, ਫੈਮਿਲੀ ਨੇ, ਫਰੈਂਡਸ ਨੇ, ਆਲ ਓਵਰ ਵੀ ਆਪਣਾ ਪੰਜਾਬੀ ਜਿਹੜੀ ਫੈਮਿਲੀ ਸਾਰੀਆਂ ਨੇ ਫੁੱਲ ਇੰਜੋਇਮੈਂਟ ਕੀਤਾ। ਤੁਸੀਂ ਪਵਿੱਤਰ ਰਸੋਈ ਦੇ ਲਾਈਵ ਪ੍ਰੋਗਰਾਮ 'ਤੇ ਪਹੁੰਚੇ ਹੋ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਇਹ ਕੈਨੇਡਾ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇਸ ਕਲੱਬ ਰਾਹੀਂ ਪੰਜਾਬੀ ਅਤੇ ਪੰਜਾਬੀਅਤ ਦਾ ਜਿਹੜਾ ਝੰਡਾ ਉਹ ਬਹੁਤ ਬੁਲੰਦ ਕੀਤਾ ਹੈ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਅੱਗੇ ਨੂੰ ਵੀ ਇਸ ਕਿਸਮ ਦੇ ਵਧੀਆ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ
ਕਰਦੇ ਰਹਿਣ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਚਾਰ ਚੰਨ ਲਾਏ ਅਤੇ ਸ਼ੋਅ ਬਹੁਤ ਕਾਮਯਾਬ ਰਿਹਾ। ਅਸੀਂ ਮਿਸ਼ਨ ਪੰਜਾਬ ਕਲਚਰ ਕਲੱਬ ਵੱਲੋਂ ਸਾਲ ਦੇ ਦੋ ਸ਼ੋਅ ਯੂਜ਼ਲੀ ਕਰਦੇ ਹੁੰਦੇ ਹਾਂ, ਇੱਕ ਤਾਂ ਵਿਸਾਖੀ ਦਾ ਸ਼ੋਅ ਅਤੇ ਦੂਸਰਾ ਦਿਵਾਲੀ, ਅਤੇ ਇਹ ਸਾਡਾ ਤੀਸਰਾ ਐਫਰਟ ਹੈ। ਐਂਡ ਮੋਸਟ ਆਫ ਦਾ ਟਾਈਮ ਅਸੀਂ ਸਾਰੇ ਪੈਸੇ ਡੋਨੇਟ ਹੀ ਕਰਦੇ ਹਾਂ ਕਿਸੇ ਨਾ ਕਿਸੇ ਡਿਫਰੈਂਟ ਚੈਰਿਟੀ ਨੂੰ, ਅਤੇ ਇੱਕ ਵਾਰ ਫਿਰ ਸਾਰੇ ਸਪੋਂਸਰ ਦਾ ਧੰਨਵਾਦ। ਸਪੋਂਸਰ ਤੋਂ ਬਿਨਾਂ ਇਹ ਕਾਮਯਾਬ ਹੋਣਾ ਬਹੁਤ ਮੁਸ਼ਕਲ ਹੈ, ਅਤੇ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਸਾਰੇ ਸਪੋਂਸਰ ਦਾ ਧੰਨਵਾਦ ਕਰਦੇ ਹਾਂ, ਅਤੇ ਇੱਕ ਦੁਬਾਰਾ ਫਿਰ ਕੁਛ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।